ਦੇਖੋ ਜੀ ਬਿੱਲਾ ਸਾਲਾ ਟਿੱਕੀਆਂ ਖਾਣ ਲੱਗਿਆ ਜੀ ਗਾਹ ਪਾਤੇ ਜੀ ਕਹਿੰਦਾ ਨਹੀਂ ਜੀ ਮੈਂ ਟਿੱਕੀਆਂ ਖਲਾਊ ਪਹਿਲਾਂ ਕਹਿੰਦਾ ਨਹੀਂ ਮੈਂ ਜਾਂਦਾ ਨਹੀਂ ਮੈਂ ਕਹਿੰਦਾ ਲਿੰਗ ਨਹੀਂ ਪੱਟਣੇ ਗਾ ਉਹਦੇ ਤੇ ਪਹਿਲਾਂ ਟਿੱਕੀਆਂ ਖਲਾਊ ਆਦੇ ਬਾਈ ਲੈ ਲਿਆ ਬਾਈ ਬਿੱਲੇ ਨਾ ਮਾਰੇ ਟਿੱਕੀਆਂ ਦੇਖੋ ਬਾਈ ਟਿੱਕੀਆਂ ਉਹਦੇ ਦੀਆਂ ਇਹਦੇ ਬਾਈ ਲਾਗੇ ਖਾਣ ਬੱਕੂ ਵਾਲਾ ਬਿੱਲਾ ਉਰੇ ਨੂੰ ਆ ਜਾਓ ਬਿੱਲੇ ਦੇਖੋ ਜੀ ਸ਼ਾਮ ਨੂੰ ਰੌਣਕਾਂ ਲੱਗੀਆਂ ਪਈਆਂ ਜੀ ਪਤਾ ਹੀ ਨਹੀਂ ਲੱਗਿਆ ਜੀ ਹਾਂ ਹਾਂ ਦੇਖੋ ਜੀ ਬਹੁਤ ਵਧੀਆ ਗੁਰੂ ਦਾ ਬਾਗ ਗਾਗਰ ਬਾਬਾ ਜੀ ਨੂੰ ਜਲ ਭਰਦੇ ਆ ਜੀ ਉਰੇ ਲੋ ਜੀ ਜਲ ਨਾ ਫੜੀ ਹੋਰ ਵੀ ਲੈਣ ਹੋ ਗਿਆ ਸਰੋਵਰ ਸਾਹਿਬ ਹੈ ਜੀ ਦੇਖੋ ਜੀ ਦਰਸ਼ਨ ਕਰੋ ਜੀ ਦੇਖੋ ਜੀ ਕਾਲਾ ਵੀ ਲੜ ਗਿਆ ਜੀ ਨਹਾਉਣ ਇਸ਼ਨਾਨ ਕਰਨ ਲੱਗਿਆ ਜੀ ਆਹ ਦੇਖੋ ਜੀ ਕਰਨਾਟਕਾ ਦਾ ਬੜੀ ਜੰਨਤ ਹੈ ਜੀ ਬੜਾ ਵਧੀਆ ਮਾਹੌਲ ਹੈ ਸਾਫ ਸੁਥਰਾ ਇਲਾਕਾ ਹੈ ਜੀ ਬਹੁਤ ਜ਼ਿਆਦਾ ਵਧੀਆ ਜੀ ਪ੍ਰਦੂਸ਼ਣ ਫ੍ਰੀ ਵਾਤਾਵਰਨ ਬਹੁਤ ਸਾਫ ਸੁਥਰਾ ਜੀ ਪ੍ਰਦੂਸ਼ਣ ਫ੍ਰੀ ਹੈ ਵੇਲੇ ਸਾਫ ਹੈ ਵਾਤਾਵਰਨ ਬਹੁਤ ਆਨੰਦ ਆਨੰਦ ਲੈ ਰਹੇ ਜੀ ਆਨੰਦ ਆਨੰਦ ਬਾਕੀ ਸਾਡੇ ਡਰਾਈਵਰ ਸਾਹਿਬ ਨੂੰ ਪੁੱਛੋ ਜੀ ਕੱਪੀ ਜਾ ਰਿਹਾ ਜੀ ਗੱਡੀ ਨੂੰ ਧੂੜ ਪੱਟੀ ਪਈ ਹੈ ਦੱਬਣ ਕਿਤੇ ਦਿੰਦੇ ਹੋ ਉਹ ਤਾਂ ਸਾਰੇ ਸੱਟਾਂ ਦੇ ਮਸਾਂ ਚੱਲਣ ਡਈ ਹੈ ਸੌ ਤਾਂ ਥੱਲੇ ਨਹੀਂ ਆਉਂਦੀ ਆਪਣੀ ਦੱਬੀ ਪਈ ਜੀ ਗੱਡੀ ਨਾਲ ਧੂੜਾਂ ਪੱਟੀਆਂ ਪਈਆਂ ਜੀ ਆ ਕਹਿੰਦਾ ਮੈਂ 100 ਤੇ ਚਲਾਉਂਦਾ ਜੀ ਕਹਿੰਦਾ 60 ਤੇ ਸਾਨੂੰ ਜ਼ਿਆਦਾ ਤੇਜ਼ ਲੱਗਦੀ ਹੈ ਬਾਈ ਇੰਨੀ ਤੇਜ਼ ਗੱਡੀ ਚਲਾਉਂਦਾ ਬਾਈ ਨਵੀਂ ਛੱਡ ਹੋਣੀ ਲੁੱਕ ਚੱਕ ਬਾਈ ਜਾ ਰਹੀ ਸਾਰੇ ਬਾਈ ਲੋਕਾਂ ਨੇ ਬਹਿਣਾ ਨਹੀਂ ਗੱਡੀ ਚ ਮਿਲ ਕੇ ਉਹਨਾਂ ਕਹਿਣਾ ਮੈਂ ਜੀ ਬਾਈ ਜਲ ਵੀ ਹਜੂਰ ਸਾਹਿਬ ਬਾਈ ਦੀ ਗੱਡੀ ਕਰੋ ਬਾਈ ਨੰਬਰ ਦੱਸ ਆਪਣਾ 7620 444874 ਸਾਰੀ ਜਦ ਵੀ ਤੁਸੀਂ ਆਓਗੇ ਜੀ ਨੰਬਰ ਬਾਈ ਨੇ ਦੱਸ ਦਿਆ ਬਾਈ ਘੁਮਾ ਲਿਆਓ ਤੁਹਾਨੂੰ ਜਿੱਥੇ ਮਰਜ਼ੀ ਚਲੀਏ ਕਰੋ ਜੀ ਦਰਸ਼ਨ ਗੁਰਦੁਆਰਾ ਮਾਈ ਭਾਗੋ ਜੀ ਨੇੜ ਪਿੰਡ ਮਾਈ ਭਾਗੋ ਜੀ ਗੁਰਦੁਆਰਾ ਸਾਹਿਬ ਹੈ ਦੇਖੋ ਜੀ ਮਹਾਰਾਜ ਕਰਨਾਟਕਾ ਦੇ ਵਿੱਚ ਹੈ ਜੀ ਗੁਰਦੁਆਰਾ ਸਾਹਿਬ ਹਾਂ ਦੇਖੋ ਜੀ ਮਾਤਾ ਭਾਗੋ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਆ ਦੇਖੋ ਜੀ ਖੂਹ 'ਚ ਉਹਨਾਂ ਦਿਨਾਂ ਨੂੰ ਪਾਣੀ ਭਰਦੇ ਹੁੰਦੇ ਸੀ ਖੂਹ ਹੈ ਯਾਰ ਉੱਥੇ ਉਹਦੇ ਨਾਲ ਪਾਣੀ ਭਰਦੇ ਹੋਣੇ ਇਹਨਾਂ ਨੂੰ ਤੇ ਦੇਖ ਲਾ ਹਾਂ ਹਾਂ ਦੇਖ ਰਿਹਾ ਸਾਰਾ ਕੁਛ ਦੇਖੋ ਜੀ ਆਗਰਾ
आगरा पहुंच गए जी, शाम को 4 बजे कहने जी सर ला दूंगे।